ਸਨਤੀ ਸ਼ਹਿਰ ਲੁਧਿਆਣਾ ਵਿੱਚ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੁਸ਼ਨਾਸ਼ ਨੇ ਕੀਤੀ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਰਿੰਦਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਉੱਚੇ ਤੌਰ ਤੇ ਮੌਜੂਦ ਸਨ ਜ਼ਿਲ੍ਹੇ ਦੇ ਸਿਵਲ ਸਰਜਨ ਸੁਖਜੀਵਨ ਕੱਕੜ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ 36000 ਦੇ ਕਰੀਬ ਟੀਕੇ ਪ੍ਰਾਪਤ ਹੋਏ ਅਤੇ 5 ਪੜਾਵਾਂ ਤਹਿਤ ਰਜਿਸਟਰ ਕੀਤੇ ਗਏ 30000 ਦੇ ਕਰੀਬ ਡਾਕਟਰਾਂ ਤੇ ਹੈਲਥ ਵਰਕਰਾਂ ਨੂੰ ਕਰੋਨਾ ਵੈਕਸੀਨ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਸਿਵਲ ਹਸਪਤਾਲ ਸਮੇਤ ਸਬਡਿਵੀਜ਼ਨ ਹਸਪਤਾਲ ਖੰਨਾ ਸਿਵਲ ਹ ਹਸਪਤਾਲਾ ਵਿੱਚ ਵੀ ਅੱਜ ਕਰੋਨਾ ਟੀਕਾਕਰਨ ਕੀਤਾ ਗਿਆ